ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਵਿਖਾਉਣੇ ਆ, ਇੱਕ ਝੋਟੀ ਅਤੇ 2 ਤੁਹਾਨੂੰ ਗਾਵਾਂ ਦਿਖਾਉਣੀ ਹੈ, ਕਾਹ ਦਾ ਇੱਕ ਇੱਧਰ ਵੱਜੀ ਆ। ਅਤੇ ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵੀਰ ਜੀ, ਠੀਕ ਠਾਕ ਵਧੀਆ ਜੀ। ਤੇ ਨਾਮ ਦੱਸ ਦੇ ਕਰੀ ਆਪਣਾ। ਨਾਮ ਮੇਰਾ ਵੀਰ ਜੀ ਹੈਗਾ ਕੁਲਜਿੰਦਰ, ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦੇ ਕਰੀ। ਹਾਂਜੀ ਫੋਨ ਨੰਬਰ 8973737318। ਠੀਕ ਆ। ਹਾਂਜੀ ਤੇ ਵੇਗਿਆ ਉਤਨਾਂ ਵਾਲਾ ਮਾਲ ਫਿਰ? ਹਾਂਜੀ ਵੀਰ ਜੀ ਵੇਗਿਆ। ਠੀਕ ਆ। ਅੱਜ ਫਿਰ 2 ਗਾਵਾਂ ਤੇ ਇੱਕ ਝੋਟੀ? ਹਾਂਜੀ ਵੇੜਾ ਇੱਕ ਝੋਟੀ ਆ। ਤੇ ਇਧਰਲੀਆਂ ਦੋਵੇਂ ਸੂਈਆਂ ਤੇ ਉਹ ਗੱਬਣੇ ਆ ਹਨਾ? ਹਾਂਜੀ ਹਾਂਜੀ ਉਹ ਵਸ਼ੀ ਗੱਬਣੇ ਆ ਇੱਕ ਜਿਹਾ। ਗੱਬਣੇ ਵਿਖਾ ਦਈਏ ਪਹਿਲਾਂ ਫਿਰ ਆਪਾਂ। ਹਾਂਜੀ ਗੱਬਣੇ ਵਿਖਾ ਦਈਏ। ਆ ਦੇ ਸਾਦੇ ਜੇ ਥਾਣੇ ਜਿਹੜਾ ਬੜਾ ਪਿਆਰਾ ਵਾ। ਇਹ ਦੇਖੋ ਥਣਾ ਦਾ ਸਾਈਜ਼ ਦੇਖ ਸਕਦੇ, ਸਾਈਜ਼ ਤੇ ਗੈਪ ਥਣਾ ਦਾ ਕਾਫੀ ਚੰਗਾ ਤੇ ਉਂਝ ਵੀ ਠੰਡੀ ਧੀਰੀ ਆ। ਬਾਕੀ ਸਾਰੇ ਵੀਰਾਂ ਨੂੰ ਪਤਾ ਕਿ ਜਿਹੜੀਆਂ ਇਹੋ ਜਿਹੀਆਂ ਵੈੜਾਂ ਦੀ ਫੈਟ ਜਿਹੜੀ ਕਾਫੀ ਚੰਗੀ ਹੁੰਦੀ ਆ ਤੇ ਹੈਗੀ ਵੀ ਜਿਹੜੀ ਠੰਡੀ ਧੀਰੀ ਆ। ਦੱਸੀਏ ਵੀਰ ਜੀ ਇਹਦੇ ਬਾਰੇ। ਇਹ ਵੀਰ ਜੀ ਦੂਜਾ ਸੂਆ ਸੁਣੀ ਵਛੀ। ਅੱਛਾ ਜੀ। ਤੇ ਠੰਡੀ ਸੀਲ ਬੜੀ ਆ, ਪਹਿਲਾਂ ਨੇ ਦੁੱਧ ਕੱਢਿਆ 10-11 ਕਿਲੋ ਵਧੀਆ ਵਛੀ ਨੇ। ਅੱਛਾ। ਕਿ 12-13 ਕਿਲੋ ਤੋਂ ਕਿਤੇ ਨਹੀਂ ਕਿਤੇ ਜਾਂਦੀ। 12-13 ਲੀਟਰ ਜਿਹੜਾ ਚਵਾ ਦੂਗੀ ਦੁੱਧ। ਢਿੱਲ ਬੜੀ ਵੀਰ ਜੀ ਵਛੀ। ਠੀਕ ਹੈ। ਸਾਰੀਆਂ ਮੱਤਰਾ ਕੱਢਣੀਆਂ ਵਛੀ ਨੇ। ਕਾਫੀ ਢਿੱਲਾਵਾਂ ਜਿਹੜੀਆਂ ਹਵਾਨੇ ਚੱਲੇ। ਹਾਂਜੀ। ਸੋਣ ਤੱਕ ਆਏ ਨੇ ਵੀਰ ਜੀ ਨੇ। ਹਵਾਨਾ ਚੰਗਾ ਭਰੂਗੀ, ਹਫਤੇ ਕੁ ਤਕਰੀਬ ਜਿਹੜਾ ਟਾਈਮ ਖੜੂਗੀ। ਖੋਲੋ ਹਾਂ ਵੀਰ ਜੀ, ਤੋਰਦੀ ਹੈ ਫਿਰ ਇੱਕ ਵਾਰੀ। ਦੁੱਧ 12-13 ਲੀਟਰ ਦੇ ਕਰੀਬ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਭਰੀ ਜਾਊਗੀ। ਉਂਝ ਰੰਗ ਰੂਪ ਦੀ ਜਿਹੜੀ ਕਾਫੀ ਸਾਫ ਹੈ। ਠੀਕ ਹੈ ਵੀਰ ਜੀ, ਲੈ ਜਾਓ ਜੀ। ਤੇ ਕੀ ਫਿਰ ਮੁੱਲ ਰੱਖਣਾ ਜੀ ਵੀਰ ਜੀ ਇਹਦਾ? ਮੁੱਲ ਵੀਰ ਜੀ ਗੱਡੀ ਦੇ ਵਸ਼ੀ ਸਾਫ ਹੈ ਨਾ? ਹਾਂਜੀ ਹਾਂਜੀ। ਠੰਡੀ ਸੀਲ ਆ, ਕੁਆਲਿਟੀ ਵਾਲੀ ਆ ਵਸ਼ੀ ਦੇ। 45-45 ਹਜ਼ਾਰ ਦੀਆਂ ਵੇਚੀਆਂ ਸੀ, ਚਲੋ ਹੁਣ ਬਾਜ਼ਾਰ ਦਾ ਫਰਕ ਆ। ਹਾਂਜੀ ਹਾਂਜੀ। ਹੁਣ 35 ਹਜ਼ਾਰ 'ਚ ਮਾਨਤਨ ਕਰ ਦਾਂਗੇ ਜੀ। ਕਰ ਦੋਗੇ 2000 ਹੀ? 32-32 ਹਜ਼ਾਰ ਦੀ ਵਸ਼ੀ ਪੱਕੀ ਹਾਂ ਨਾ ਦੇ ਦਾਂਗੇ ਵੀਰ ਜੀ। ਅੱਛਾ, 32 ਹਜ਼ਾਰ ਦੀ ਦੇ ਦੋਗੇ? ਹਾਂਜੀ ਹਾਂਜੀ, ਇਹੋ ਵਸ਼ੀ ਸੂਈ ਹੁੰਦੀ, ਭਾਵੇਂ ਵਸ਼ੀ 40 ਦੀ ਵੇਚ ਦਾਂਗੇ, ਕਿੱਡੀ ਸਫਾਈ ਆ। ਹਾਂਜੀ ਹਾਂਜੀ। ਜਿਹੜਾ ਬੱਚਾ ਚੋਵੇ ਇਹਨੂੰ ਕਿਹੜਾ ਜੀ ਕਰ ਮਰਜ਼ੀ ਕਰਦਾ ਚੋ ਸਕਦਾ ਜੀ। ਠੀਕ ਹੈ ਜੀ। ਬਾਕੀ ਚਲੋ 32 ਜੇ ਮੌਕੇ ਤੇ ਕਰ ਦਿਓ ਮਾਨਤਨ, ਥੋੜਾ ਪਤਾ ਫਿਰ ਕਰਾਂਗੇ ਵੀਰ ਜੀ, ਥੋੜਾ ਬਹੁਤਾ ਕਰ ਦਾਂਗੇ ਸ਼ੋਰ ਸ਼ੂਰ। ਠੀਕ ਹੈ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਤੇ ਹੁਣ ਇੱਕ ਤੁਹਾਨੂੰ ਆ ਸੂਈ ਗਾਂ ਤੁਹਾਨੂੰ ਦਿਖਾਉਣੀ ਆ। ਕੱਦ ਕਾਠ ਜਿਹੜਾ ਇਹਦਾ ਚੰਗਾ ਸੋਹਣਾ ਵਾ ਤੇ ਚਿਹਰਾ ਵੀ ਜਿਹੜਾ ਕਾਫੀ ਖੂਬਸੂਰਤ ਹੈ। ਥਣਾ ਹਵਾਨੇ ਦਾ ਕਰੀ ਤੁਹਾਨੂੰ ਲਾਗੇ ਤੇ ਦਿਖਾਈ ਆ, ਦੇਖ ਸਕਦੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਸੋਹਣੀਆਂ ਵਾ ਤੇ ਥਣਾ ਦਾ ਸਾਈਜ਼ ਗੈਪ ਤੁਸੀਂ ਦੇਖ ਹੀ ਸਕਦੇ ਜੇ, ਕਾਫੀ ਪਿਆਰਾ ਵਾ। ਜਿਹੜਾ ਬੱਚਾ ਕੀ ਆ ਗਿਆ ਵੀਰ ਜੀ ਦੇ ਮਗਰ? ਵਸ਼ੀ ਆ ਵੀਰ ਜੀ ਵਾਲੀ। ਅੱਛਾ, ਵਸ਼ੀ ਆ। ਵਸ਼ੀ ਦਾ ਸੋਹਣੀ ਆ ਵਸ਼ੀ, ਕਿਸੇ ਵੀ ਟੀਕਾ ਲੱਗਦਾ ਜਿਹੜਾ ਚੰਗਾ ਹੀ ਭਰਾਇਆ ਵਾ, ਚੰਗੀ ਕੁਆਲਿਟੀ ਦੀ ਵਸ਼ੀ ਆ ਜਿਹੜੀ ਨਾੜੂ ਜਿਹੜਾ ਨਾਲ ਹੀ ਆ ਹਾਲੇ ਬਿਲਕੁਲ ਹਾਂ ਲੈ ਸਕਦੇ ਜੇ। ਅਤੇ ਚਿਹਰਾ ਜਿਹੜਾ ਵਸ਼ੀ ਦਾ ਵੀ ਕਾਫੀ ਖੂਬਸੂਰਤ। ਬਾਕੀ ਕੋਈ ਸਾਂਭ ਵਾਲਾ ਕੋਈ ਵੀਰ ਲੈ ਜਾਊਗਾ ਤੇ ਵਸ਼ੀ ਵੀ ਜਿਹੜੀ ਜਲਦੀ ਤਿਆਰ ਹੋ ਜਾਊਗੀ ਕਿਉਂਕਿ ਦੇਖਣ 'ਚ ਜਿਹੜੀ ਚੰਗੇ ਟੀਕੇ ਦੀ ਜਾਪਦੀ ਆ। ਵੀਰ ਜੀ ਇਹ ਕਿੰਨਵਾਂ ਸੂਆ ਸੂਈ ਜੇ? ਇਹ ਜੀ ਦੂਜਾ ਸੂਆ ਸੂਈ ਵੈੜ ਹੈ। ਕਿੰਨਾ ਕੁ ਚਿਰ ਹੋਇਆ ਜੀ ਸੂਈ ਨੂੰ? ਸੂਈ ਨੂੰ ਹੋ ਗਏ ਵੀਰ ਜੀ 4-5 ਦਿਨ ਹੋ ਗਏ ਆ। 4-5 ਦਿਨ ਹੋ ਗਏ ਆ? 5-6 ਦਿਨ ਹੋ ਗਏ। ਮੌਕੇ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? 13 ਲੀਟਰ ਇਸ ਟਾਈਮ ਹੈਗਾ ਵੀਰ ਜੀ, ਦੋਵਾਂ ਟਾਈਮਾਂ ਦਾ ਜਿਹੜਾ ਆਪਾਂ ਇਹਨੂੰ ਚਵਾ ਦੇਣਾ 2-3 ਟਾਈਮ। ਅੱਛਾ। ਹਾਂਜੀ 13 ਲੀਟਰ ਦੁੱਧ ਇਸ ਟਾਈਮ ਥੱਲੇ ਹੈਗਾ ਇਹਦੇ। ਕਿੰਨਾ ਕਰ ਜੂਗੀ ਦੁੱਧ? ਦੁੱਧ ਵੀਰ ਜੀ ਵਸ਼ੀ ਦੇ ਉਦਾਂ ਹੈਗੀ 17-18 ਲੀਟਰ ਵਾਲੀ, ਚਲੋ 15-20 ਲੀਟਰ ਵੀ ਗਰਮੀ ਆ। ਅੱਛਾ। ਤੇ ਬਾਕੀ ਇਹਨਾਂ 13-14 ਵੀ ਮੈਂ ਕਿੰਨਾ ਮੌਕੇ ਦਾ ਆਪਾਂ ਦੇ ਉਹ ਦੱਸ ਦਿੰਦੇ ਹਨਾ। ਬਾਕੀ ਤਾਂ ਜੀ ਸੂਈ ਹੈ ਕਿਸੇ ਦੀ ਸੇਵਾ ਗਾੜੀ ਦੁੱਧ ਦੀ। ਬਾਕੀ ਆਹ ਵਸ਼ੀ ਆ ਮਗਰ ਆਹ ਦੇਖ ਸਕਦੇ ਨਾੜੂ ਜਿਹੜਾ ਬਿਲਕੁਲ ਨਾਲ ਹੀ ਹੈ ਤੇ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਵੇਖ ਲੈ। ਖੋਲੋ ਹਾਂ ਤੋਰੀ, 17-18 ਤੱਕ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਜਿਹੜਾ ਚਵਾ ਸਕਦੀ ਹੈ। ਠੀਕ ਹੈ ਵੀਰ ਜੀ, ਲਾਇਆ ਜੀ।
बाकी रंग रूप की भी जी काफ़ी साफ है, तो कद काठती जी चंगी हैगी हैगी भी जी करोस च तो ना कोई एड्डी गर्मी की परवाह, तो फैट भी जी चंगी आई जाऊगी। आ पिछे भी हवाना यहाँ देख सकते जी एक करी तो उंज हैगी भी ठंडी धीरी है जी। ਇਹਦਾ ਵੀ ਵੀਰ ਜੀ ਮੁੱਲ ਫਿਰ ਆਪਾਂ ਜਾਜਾ ਦੱਸ ਦਈਏ। ਮੁੱਲ ਵੀਰ ਜੀ ਇਹ ਮੱਛੀ ਦੇ 755 ਦੀ ਵੀ ਹੈਗੀ ਆ। ਹਾਂਜੀ ਹਾਂਜੀ ਇਹ 45 ਚੋਂ ਮਾਨਤਨ ਕਰ ਦਾਂਗੇ ਜੀ। ਖੁੱਲਾ ਕੇ ਸਾਥ ਦਈ ਖੁੱਲਾ ਮਾਨਤਨ ਵੀਰ ਜੀ ਕਰਾਂਗੇ, ਕੋਈ ਵੀ ਵੀਰ ਫੋਨ ਲਾਵੇ ਕੋਈ ਗੱਲ ਫੋਨ ਇੱਕ ਰੀ ਲਾਵੇ ਜਰੂਰ ਹਨਾ, ਨਹੀਂ ਮੋੜ ਦੇਣੀ। ਅੱਛਾ ਕੋਈ ਪਤਾ ਨਹੀਂ ਸੌਦਾ ਕਿੱਥੇ ਹੋ ਜਾਣਾ, ਕਿੱਥੇ ਹੋਏ ਨਾ ਦੇ ਦਾਂਗੇ ਜਾਇਜ਼ ਦੇ ਦਾਂਗੇ, ਜਾਇਜ਼ ਦੇ ਦੋਗੇ ਚਲੋ ਹਨਾ। ਬਾਕੀ ਕੋਈ ਜੋੜਾ ਕੋਈ ਗਾਵਾਂ ਦਾ ਪਾਲੂਗਾ ਮਾਨਤਨ ਵੱਧ ਕਰ ਦੋਗੇ? ਹਾਂਜੀ ਕਰਾਂਗੇ ਵੀਰ ਜੀ ਕਰਾਂਗੇ। ਠੀਕ ਹੈ ਜੀ ਜਰੂਰ ਮਾਨਤਨ ਕਰਾਂਗੇ। ਤੇ ਹੁਣ ਆ ਝੋਟੀ ਜਿਹੜੀ बच्चा वीजन कहते ला के विखा दें फिर पता लग जाता पे झोटी का। बाकी चलो गर्मी गुरमी भी चुवा देना तीन टाइम चार टाइम कुछ होवे ठीक है, जिन्ना टाइम मर्जी चुवा सकदा जी। ठीक है, जदों कहिंदे साई देती। हांजी हांजी जदों मर्जी ना जन मर्जी चुवा। ठीक है जी, की पसंद की है? तैयार है, दिखा दे वेदी चवाए दा एक करी। हां आ देखो ये थान गड़े गड़े सोने गड्डे आ दे सादे जी। हां जी पिछले तने दा चवा दिखा दे वेदी। ओए पूर छटा नहीं वीर जी, बहुत चंगा चवा पसमा दी पोली बड़ी चौन। इस तरह दिखा दिए थान आपा। हां जी आ दे सादे जी। ठीक है वेदी। हां जी चवा ही बहुत चंगा है, उंज भी जी ठंडी धीरी है जी। लै जा लै तोरो हाँ करी चेहरे ते जी सोहनी है, सिंग सुंग सोहना लगा है जरा। पसम के जरा हवाना जरा होर सोहना लगता है। ठीक है वीर जी ਉਂਝ ਕੱਦ ਕਾਠ ਪਿੱਠ ਪੂੜਾ ਜਿਹੜਾ ਸੋਹਣਾ ਵਾ ਭਾਈ, ਮੂੰਹ ਤੋਂ ਚਾਰ ਦੰਦ ਆ। ਅੱਛਾ ਮੂੰਹ ਚਾਰ ਦੰਦ ਆ। ਹਾਂਜੀ ਮੂੰਹ ਫੜਾਉਂ ਤਾਂ ਥੋੜਾ ਜਿਹਾ ਕਰਦੀ ਆ ਚੋਗੀ ਮੂੰਹ। ਚਲੋ ਕੋਈ ਨਹੀਂ, ਰਹਿਣ ਦੋ ਵੀਰ ਜੀ, ਆਪੇ ਕੋਈ ਵੀਰ ਆ ਫਿਰ ਜਦੋਂ ਕੋਈ ਵੀਰ ਆਵੇ ਤੇ ਆਪਣਾ ਚੈੱਕ ਕਰ ਲੇ। ਮੂੰਹ ਜਿਹੜੀ ਚਾਰ ਦੰਦ ਦੱਸਦੇ ਆ मानतन हो जूगा बाकी चलो ए पशु कोई की कहते वीर जी? अपने तसल्ली करके खड़े है ना, जिन्हें पैसे खर्चने अपना कर सकता है। ठीक है, पास करके खड़े थाना की अपनी जिम्मेदारी खड़े जी। हाँ जी दोस्तों, वीडियो पूरा देखने लिए बहुत बहुत धन्यवाद।